ਜੇ ਤੁਸੀਂ ਪੈਸੇ ਕਮਾਉਣੇ ਆ ਨਾ ਬਣ ਜਾਓ ਸਮਾਜ ਸੇਵਾ ਵਾਲੇ। ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਉੱਤੇ ਗੋਲਡੀ ਪੀਪੀ ਦਾ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਹੈ। ਦੱਸ ਦਈਏ ਕਿਹਾ ਜਾ ਰਿਹਾ ਹੈ ਕਿ ਗੋਲਡੀ ਪੀਪੀ ਅਤੇ ਪੁਨੀਤ ਐਨਆਰਆਈਆਂ ਵੱਲੋਂ ਭੇਜਿਆ ਗਿਆ ਸਮਾਜ ਸੇਵਾ ਦੇ ਲਈ ਪੈਸਾ ਆਪਣੇ ਘਰ ਦੇ ਲਈ ਵਰਤ ਰਹੇ ਨੇ, ਜਿਸ ਵਿੱਚ ਕਿ ਉਹਨਾਂ ਨੇ ਹੁਣ ਇੱਕ ਗੱਡੀ ਵੀ ਲੈ ਲਈ ਹੈ ਅਤੇ ਹੋਰ ਵੀ ਬਹੁਤ ਕੁਝ ਇਹਨਾਂ ਦੋਵਾਂ ਬਾਰੇ ਕਿਹਾ ਜਾ ਰਿਹਾ ਹੈ। ਇਸੇ ਦੇ ਚੱਲਦੇ ਸੋਸ਼ਲ ਮੀਡੀਆ ਉੱਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਇਹਨਾਂ ਬਾਰੇ ਸਾਹਮਣੇ ਆ ਹੀ ਜਾਂਦੀ ਹੈ ਅਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜੋ ਕਿ ਹੈ ਇੱਕ ਕੁੜੀ ਦੀ, ਜਿਸਦਾ ਕਿ ਨਾਂ ਹੈ ਸੈਮੀ ਧਾਲੀਵਾਲ। ਦੱਸ ਦਈਏ ਸੈਮੀ ਧਾਲੀਵਾਲ ਵੀ ਇਸ ਗੱਲ ਲਈ ਬਹੁਤ ਮਸ਼ਹੂਰ ਹੈ ਕਿ ਜਦੋਂ ਵੀ ਕੋਈ ਨਾ ਕੋਈ ਨਵਾਂ ਮੁੱਦਾ ਉੱਠਦਾ ਤਾਂ ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਲਾਈਵ ਆ ਕੇ ਉਸ ਮੁੱਦੇ ਬਾਰੇ ਕੁਝ ਨਾ ਕੁਝ ਜ਼ਰੂਰ ਆਪਣੇ ਵਿਚਾਰ ਦਿੰਦੀ ਹੈ। ਅਤੇ ਇਸੇ ਦੇ ਚੱਲਦਿਆਂ ਹੁਣ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਮੁੱਦਾ ਗੋਲਡੀ ਪੀਪੀ ਅਤੇ ਪੁਨੀਤ ਬਾਰੇ ਵੀ ਉਸਨੇ ਆਪਣੇ ਵਿਚਾਰ ਰੱਖੇ। ਕੀ ਕਹਿਣਾ ਹੈ ਸੈਮੀ ਧਾਲੀਵਾਲ ਦਾ ਗੋਲਡੀ ਪੀਪੀ ਬਾਰੇ ਅਤੇ ਪੁਨੀਤ ਬਾਰੇ, ਆਓ ਸੁਣਦੇ ਹਾਂ ਇਸ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸੈਮੀ ਧਾਲੀਵਾਲ ਸਰੀ ਤੋਂ ਅਤੇ ਅੱਜ ਆਪਾਂ ਗੱਲ ਕਰਦੇ ਹਾਂ ਸਮਾਜ ਸੇਵਾ ਦੇ ਮੁੱਦੇ 'ਤੇ, ਜਿਹੜਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਭੜਕਿਆ ਹੋਇਆ ਗੋਲਡੀ ਅਤੇ ਪੁਨੀਤ ਦਾ ਮਸਲਾ। ਆਪਾਂ ਨਹੀਂ ਕਹਿੰਦੇ ਕਿ ਸਮਾਜ ਸੇਵਾ ਵਾਲੇ ਵਧੀਆ ਨਹੀਂ ਹੁੰਦੇ, ਉਹ ਸਮਾਜ ਸੇਵਾ ਨਹੀਂ ਕਰਦੇ, ਐਨ ਜੀ ਓ ਵਾਲੇ ਸਾਰੇ ਫੇਕ ਹੁੰਦੇ ਆ। ਨਹੀਂ, ਬਹੁਤ ਸਾਰੇ ਐਨ ਜੀ ਓਜ਼ ਬਹੁਤ ਵਧੀਆ ਕੰਮ ਕਰ ਰਹੇ ਆ, ਗੋਲਡੀ ਅਤੇ ਪੁਨੀਤ ਵੀ ਬਹੁਤ ਵਧੀਆ ਕੰਮ ਕਰ ਰਹੇ ਆ। ਇਹ ਵੀ ਪਰਿਵਾਰਾਂ ਦੇ ਵਿੱਚ ਜਾ ਕੇ ਵਾਕਿਆ ਜਿਹੜੇ ਪਰਿਵਾਰਾਂ ਨੂੰ ਹੈਲਪ ਦੀ ਲੋੜ ਆ ਉਹਨਾਂ ਪਰਿਵਾਰਾਂ ਦੀ ਹੈਲਪ ਕਰ ਰਹੇ ਆ। ਪਰ ਗੱਲ ਹੁਣ ਇੱਥੇ ਇਹ ਹੋ ਰਹੀ ਆ ਕਿ ਜਿਹੜੇ ਆਮ ਲੋਕ, ਆਮ ਪਬਲਿਕ, ਜਿਵੇਂ ਕਿ ਸਾਡੇ ਵਰਗੇ ਜਿਹੜੇ ਆਮ ਲੋਕ ਆ, ਇਹ ਸਿਰਫ ਜਾਣਨਾ ਚਾਹੁੰਦੇ ਆ ਕਿ ਜਿਹੜੇ ਪੈਸੇ ਤੁਹਾਡੇ ਕੋਲ ਆਉਂਦੇ ਆ ਗਰੀਬਾਂ ਦੀ ਸੇਵਾ ਕਰਨ ਦੇ ਲਈ ਅਤੇ ਜਿਹੜੇ ਉਹ ਤੋਂ ਵਾਧੂ ਬਚ ਜਾਂਦੇ ਆ, ਉਹਨਾਂ ਪੈਸਿਆਂ ਦਾ ਤੁਸੀਂ ਕੀ ਕਰਦੇ ਹੋ ਜਾਂ ਫਿਰ ਤੁਸੀਂ ਫਿਊਚਰ ਦੇ ਵਿੱਚ ਕੀ ਕਰਨ ਜਾ ਰਹੇ ਹੋ? ਕਿਉਂਕਿ ਆਪਾਂ ਨੂੰ ਵੀ ਪਤਾ ਇੱਕ ਵੀਡੀਓ ਦੇ ਲਈ ਸਿਰਫ 19 ਸੇਵਾ ਨਹੀਂ ਆਉਂਦੀ ਜਿੰਨੀ ਕੁ ਉਹਨੂੰ ਚਾਹੀਦੀ ਆ, ਬਹੁਤ ਗੁਣਾ ਜ਼ਿਆਦਾ ਆ ਜਾਂਦੀ ਆ। ਕਈ ਵੀਡੀਓਜ਼ 2-2 ਸਾਲ ਬਾਅਦ ਵੀ ਸ਼ੇਅਰ ਹੋ ਜਾਂਦੀਆਂ ਅਤੇ ਜਿਹੜੇ ਆਪਣੇ ਵਰਗੇ ਲੋਕ ਆ ਜਜ਼ਬਾਤੀ ਹੋ ਜਾਂਦੇ ਆ, ਉਹ ਡੇਟ ਨਹੀਂ ਦੇਖਦੇ, ਕੋਈ ਸਾਲ ਨਹੀਂ ਦੇਖਦੇ ਅਤੇ ਚੁੱਪ ਕਰਕੇ ਸੇਵਾ ਪਾ ਦਿੰਦੇ ਆ ਉਸੇ ਅਕਾਊਂਟ 'ਤੇ। ਪਹਿਲੀ ਗੱਲ ਤਾਂ ਜਦੋਂ ਕੋਈ ਵੀਡੀਓ ਸ਼ੇਅਰ ਕੀਤੀ ਜਾਂਦੀ ਆ ਉਹਦੇ ਨਾਲ ਅਕਾਊਂਟ ਨੰਬਰ ਹੋਣਾ ਚਾਹੀਦਾ। ਚਲੋ ਜੇ ਅਕਾਊਂਟ ਨੰਬਰ ਵੀ ਨਹੀਂ ਹੈਗਾ ਅਗਲੇ ਕੋਲ ਤਾਂ ਫਿਰ ਫੋਨ ਨੰਬਰ, ਜੇ ਫੋਨ ਵੀ ਨਹੀਂ ਹੈਗਾ ਤਾਂ ਕੋਈ ਗਲੀ ਗੁਆਂਢ ਦਾ ਕੋਈ ਨਾ ਕੋਈ ਤਾਂ ਹੋਊ ਨਾ, ਜਾਂ ਫਿਰ ਉਹਨਾਂ ਦੇ ਕੋਈ ਪਿੰਡ ਦਾ ਕੋਈ ਅਤਾ ਪਤਾ, ਜਾਂ ਫਿਰ ਕੋਈ ਪਿੰਡ ਦਾ ਸਰਪੰਚ, ਕੋਈ ਮੈਂਬਰ, ਕੋਈ ਨਾ ਕੋਈ ਤਾਂ ਹੋਊ ਜਿਹਦਾ ਤੁਸੀਂ ਨਾਲ ਫੋਨ ਨੰਬਰ ਜਾਂ ਫਿਰ ਅਕਾਊਂਟ ਨੰਬਰ ਦੇ ਦਿਓ, ਤਾਂ ਜੋ ਜਿਹੜੇ ਲੋਕਾਂ ਨੇ ਸੇਵਾ ਕੀਤੀ ਉਹਨਾਂ ਨੂੰ ਸ਼ਾਂਤੀ ਆ ਜਾਏ, ਉਹਨਾਂ ਨੂੰ ਪਤਾ ਲੱਗ ਜਾਏ, ਉਹ ਵੈਰੀਫਾਈ ਕਰ ਸਕਣ ਕਿ ਸਾਡੀ ਸੇਵਾ ਸਹੀ ਥਾਂ 'ਤੇ ਲੱਗੀ ਹੈ। ਕਹਿੰਦੇ ਧੂੰਆਂ ਉੱਥੇ ਹੀ ਨਿਕਲਦਾ ਜਿੱਥੇ ਅੱਗ ਲੱਗੀ ਹੁੰਦੀ ਆ। ਥੋੜ੍ਹੀ ਬਹੁਤੀ ਗੱਲ ਤਾਂ ਜ਼ਰੂਰ ਹੋਊਗੀ ਤਾਂ ਹੀ ਇੰਨੀ ਵੱਡੀ ਗੱਲ ਉੱਡੀ ਆ। ਬਾਕੀ ਆਪਾਂ ਨਹੀਂ ਕਹਿੰਦੇ ਕਿ ਗਲਤ ਆ ਇਹ, ਜੇ ਸਹੀ ਆ ਤਾਂ ਇਹਨਾਂ ਨੂੰ ਪਬਲਿਕ ਦਾ ਜਵਾਬ ਦੇਣਾ ਚਾਹੀਦਾ ਕਿ ਸਵਾਲਾਂ ਦੇ ਜਵਾਬ, ਕਿਉਂਕਿ ਜੇ ਸੋਸ਼ਲ ਮੀਡੀਆ ਦੇ ਥਰੂ ਇਹ ਸੇਵਾ ਲੈ ਰਹੇ ਆ, ਸੋਸ਼ਲ ਮੀਡੀਆ ਦੇ ਥਰੂ ਲੋਕ ਸੇਵਾ ਭੇਜ ਰਹੇ ਆ, ਤਾਂ ਸੋਸ਼ਲ ਮੀਡੀਆ ਦੇ ਥਰੂ ਲੋਕਾਂ ਦਾ ਹੱਕ ਬਣਦਾ ਕਿ ਉਹ ਆਪਣੀ ਸੇਵਾ ਜਾਣ ਸਕਣ ਕਿ ਉਹ ਕਿੱਥੇ ਲੱਗੀ ਆ। ਅਤੇ ਬਾਕੀ ਇੱਕ ਹੋਰ ਗੱਲ, ਜਦੋਂ ਵੀਡੀਓ ਬਣਾਈ ਜਾਂਦੀ ਆ ਲਾਈਵ ਵੀਡੀਓ ਬਣਾਈ ਜਾਣੀ ਚਾਹੀਦੀ ਆ, ਨਾ ਕਿ ਰੀਟੇਕ ਰੀਟੇਕ। ਤੁਸੀਂ ਧਿਆਨ ਨਾਲ ਦੇਖ ਲਿਓ ਬਹੁਤ ਸਾਰੀਆਂ ਵੀਡੀਓਜ਼, ਇਹਨਾਂ ਦੀ ਵੀਡੀਓ ਦੀ ਨਹੀਂ ਮੈਂ ਗੱਲ ਕਰ ਰਹੀ, ਹੋਰ ਵੀ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਸ਼ੇਅਰ ਹੁੰਦੀਆਂ ਰੀਟੇਕ ਲਏ ਹੁੰਦੇ ਉਹਨਾਂ ਦੇ ਵਿੱਚ, ਉਹ ਤਾਂ ਇੱਦਾਂ ਲੱਗਦਾ ਹੁੰਦਾ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਕਰਦੇ ਆ। ਤੁਸੀਂ ਲਾਈਵ ਹੋ ਕੇ ਵੀਡੀਓ ਪਾ ਦਿਓ, ਇਟਸ ਨੋਰਮਲ। ਅਤੇ ਇੱਕ ਗੱਲ ਹੋਰ ਮੈਂ ਐਂਡ 'ਤੇ ਕਹਿਣਾ ਚਾਹੁੰਦੀ ਹਾਂ ਵੀ ਜੇ ਤੁਸੀਂ ਪੈਸੇ ਕਮਾਉਣੇ ਆ ਨਾ, ਆ ਜਿਹੜੀ BA MA MSc PhD ਨੋਨ ਮੈਡੀਕਲ ਮੈਡੀਕਲ, ਕੋਈ ਫਾਇਦਾ ਨਹੀਂ ਹੈ ਪੜ੍ਹਨ ਦਾ, ਕੋਈ ਫਾਇਦਾ ਨਹੀਂ ਕਰਨ ਦਾ। ਤੁਸੀਂ ਪਤਾ ਕੀ ਕਰੋ, ਜਾਂ ਤਾਂ ਤੁਸੀਂ ਲੀਡਰ ਬਣ ਜਾਓ, ਜਾਂ ਫਿਰ ਬਣ ਜਾਓ ਬਾਬੇ, ਅਤੇ ਜਾਂ ਫਿਰ ਬਣ ਜਾਓ ਸਮਾਜ ਸੇਵਾ ਵਾਲੇ। ਅਤੇ ਜੇ ਇਹ ਚੀਜ਼ਾਂ ਤੁਸੀਂ ਨਹੀਂ ਕਰ ਸਕਦੇ ਤਾਂ ਤੁਸੀਂ ਕੀ ਕਰੋ, ਆਪਦੇ ਕਿਸੇ ਛੋਟੇ ਜਿਹੇ ਜਵਾਕ ਨੂੰ ਟਿਕਟੋਕ ਸਟਾਰ ਬਣਾ ਦਿਓ, ਫਿਰ ਤੁਹਾਨੂੰ ਕੈਪਟਨ ਸਾਹਿਬ ਦੀ ਕਾਲ ਵੀ ਆਊ, ਤੁਹਾਨੂੰ 5 ਲੱਖ ਰੁਪਇਆ ਵੀ ਮਿਲੂ ਘਰ ਬਣਾਉਣ ਲਈ, ਘਰ ਵੀ ਤੁਹਾਡਾ ਫ੍ਰੀ 'ਚ ਬਣੂ, ਅਤੇ ਜਦੋਂ ਕੋਈ ਰੱਖੜੀ ਜਾਂ ਕੋਈ ਹੋਰ ਕੋਈ ਤਿਉਹਾਰ ਆਇਆ ਕਰੋ, ਬਾਕੀ ਪੰਜਾਬ ਜਾਂਦਾ ਜਿੱਧਰ ਨੂੰ ਮਰਜ਼ੀ ਜਾਵੇ ਪਰ ਤੁਹਾਨੂੰ ਕਾਲ 'ਤੇ ਤੁਹਾਡੇ ਜਵਾਕ ਨੂੰ ਕਾਲ ਜ਼ਰੂਰ ਆਇਆ ਕਰੋ ਕੈਪਟਨ ਸਾਹਿਬ ਦੀ। ਬਾਕੀ ਤੁਸੀਂ ਸਮਝ ਹੀ ਗਏ ਹੋਵੋਗੇ ਮੈਂ ਕਿੰਨਾ ਦੀ ਗੱਲ ਕਰ ਰਹੀ ਹਾਂ। ਤੁਸੀਂ ਬਸ ਆਹ 3-4 ਕੰਮ ਕਰ ਲਓ, ਪੜ੍ਹਨ ਦੀ ਕੋਈ ਲੋੜ ਨਹੀਂ, ਪੈਸਾ ਹੀ ਪੈਸਾ। ਸੋਹਣ, ਇਸ ਵੀਡੀਓ ਨੂੰ ਦੇਖ ਕੇ ਤੁਸੀਂ ਕੀ ਕਹੋਗੇ ਕਿ ਵੀਡੀਓ ਵਿੱਚ ਬੋਲ ਰਹੀ ਲੜਕੀ ਸੈਮੀ ਧਾਲੀਵਾਲ ਸਹੀ ਬੋਲ ਰਹੀ ਹੈ ਜਾਂ ਗਲਤ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਹੋਰ ਨਵੇਂ ਅਪਡੇਟਸ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈੱਲ ਆਈਕਨ 'ਤੇ ਵੀ ਕਲਿੱਕ ਕਰ ਲਓ। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ।